ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਧਿਆਪਕ ਯੋਗਤਾ ਟੈਸਟ ਦੌਰਾਨ ਫਰੀਦਕੋਟ ਦੇ ਨਿਊ ਸੀਨੀਅਰ ਸੈਕੰਡਰੀ ਸਕੂਲ ਵਿੱਚ ਬਣੇ ਪ੍ਰੀਖਿਆ ਕੇਂਦਰ ਵਿਖੇ ਇੱਕ ਲੜਕੀ ਨੂੰ ਉਸ ਸਮੇਂ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਨਨਾਣ ਦੀ ਜਗ੍ਹਾ 'ਤੇ ਉਸਦੀ ਭਰਜਾਈ ਪੇਪਰ ਦੇਣ ਪਹੁੰਚੀ, ਜਿਸ ਦੇ ਐਡਮਿਟ ਕਾਰਡ ਉੱਤੇ ਲੱਗੀ ਫੋਟੋ ਦੇ ਨਾਲ ਨਕਸ਼ ਨਾ ਮਿਲਣ 'ਤੇ ਉਸਨੂੰ ਫੜਿਆ ਗਿਆ। ਅਤੇ ਇਸੇ ਤਰ੍ਹਾਂ ਸ਼੍ਰੀ ਮੁਕਤਸਰ ਸਾਹਿਬ ਵਿਖੇ ਵੀ ਇੱਕ ਨੌਜਵਾਨ ਨੂੰ ਕਿਸੇ ਹੋਰ ਨੌਜਵਾਨ ਦਾ ਪੇਪਰ ਦੇਣ ਦਾ ਮਾਮਲਾ ਸਾਹਮਣੇ ਆਇਆ। ਪ੍ਰੀਖਿਆ ਕੇਂਦਰ ਦੇ ਸੁਪਰਡੈਂਟ ਹਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਰੀਦਕੋਟ ਦੇ 10 ਸਕੂਲਾਂ 'ਚ 12 ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਸਨ। ਅੱਜ 10:30 ਵਜੇ ਦੇ ਕਰੀਬ ਸੈਂਟਰ ਵਿੱਚ ਇਸੇ ਕੁੜੀ ਦੀ ਜਗ੍ਹਾ ਦੂਜੀ ਕੁੜੀ ਨੂੰ ਪ੍ਰੀਖਿਆ ਦਿੰਦੇ ਹੋਏ ਕਾਬੂ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਅਸਲ ਉਮੀਦਵਾਰ ਹਰਸ਼ਦੀਪ ਕੌਰ ਪੁੱਤਰੀ ਕੁਲਵੰਤ ਸਿੰਘ ਨਿਵਾਸੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਜਗ੍ਹਾ ਜ਼ਿਲ੍ਹਾ ਫਾਜ਼ਿਲਕਾ ਦੀ ਨਵਦੀਪ ਕੌਰ ਪੁੱਤਰੀ ਤਜਿੰਦਰ ਸਿੰਘ ਨੂੰ ਟੈਸਟ ਦਿੰਦੇ ਹੋਏ ਕਾਬੂ ਕੀਤਾ ਗਿਆ ਸੀ। ਨਵਦੀਪ ਕੌਰ ਪੁੱਤਰੀ ਤਜਿੰਦਰ ਸਿੰਘ ਆਪਣੀ ਨਨਾਣ ਹਰਸ਼ਦੀਪ ਕੌਰ ਦੀ ਜਗ੍ਹਾ ਪੇਪਰ ਦੇ ਰਹੀ ਸੀ। ਮਾਮਲਾ ਪੁਲਿਸ ਨੂੰ ਸੌਂਪ ਦਿੱਤਾ ਗਿਆ ਹੈ ਅਤੇ ਪੁਲਿਸ ਵੱਲੋਂ ਧਾਰਾ 419 ਅਤੇ 420 ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਕਾਬੂ ਕੀਤੀਆਂ ਗਈਆਂ ਕੁੜੀਆਂ ਫਿਲਹਾਲ ਪੁਲਿਸ ਹਿਰਾਸਤ ਵਿੱਚ ਹਨ। ਕੇਂਦਰ ਨੰਬਰ 03008 ਦੇ ਵਿੱਚ ਨਿਊ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਦੇ ਵਿੱਚ ਸਾਡੇ ਕੋਲ 10:50 'ਤੇ ਇੱਕ ਇੰਪਰਸੋਨੇਸ਼ਨ ਦਾ ਕੇਸ ਸੀਗਾ। ਇੱਕ ਵਿਦਿਆਰਥਣ ਸੀ ਜਿਹੜੀ ਕਿਸੇ ਹੋਰ ਦੀ ਜਗ੍ਹਾ ਪੇਪਰ ਦੇ ਰਹੀ ਸੀ, ਤਾਂ ਉਹ ਕੇਸ ਹੈ ਜਿਹੜਾ ਉਹ ਅਸੀਂ ਟਰੇਸ ਆਊਟ ਕੀਤਾ ਅਤੇ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਸੀ ਉਹ ਅਸੀਂ ਉਹਦੇ 'ਤੇ ਅਨਫੇਅਰ ਮੀਨ ਦਾ ਕੇਸ ਵੀ ਬਣਾਇਆ ਅਤੇ ਉਹਦੇ ਅਗੇਂਸਟ ਹੈ ਜਿਹੜੀ ਉਹ ਪੁਲਿਸ ਡਿਪਾਰਟਮੈਂਟ ਨੂੰ FIR ਲਾਂਚ ਹੈ ਜਿਹੜੀ ਉਹ ਕਰਵਾ ਦਿੱਤੀ ਗਈ ਹੈ ਅਤੇ ਉਹਦੀ ਬਣਦੀ ਅਗਲੀ ਕਾਰਵਾਈ ਹੈ ਜਿਹੜੀ ਉਹ ਕਰ ਦਿੱਤੀ ਗਈ ਹੈ। ਜਿਹੜਾ ਕੈਂਡੀਡੇਟ ਸੀ ਉਹਦਾ ਰੋਲ ਨੰਬਰ ਸੀ ਜਿਹੜਾ ਉਹ ਸੀ 10-12-346 ਅਤੇ ਉਹਦਾ ਨਾਮ ਸੀ ਹਰਸ਼ਦੀਪ ਕੌਰ, ਡਾਟਰ ਆਫ ਕੁਲਵੰਤ ਸਿੰਘ, ਅਤੇ ਜਿਹੜੀ ਕੁੜੀ ਪਕੜੀ ਗਈ ਆ ਉਹਦਾ ਨਾਮ ਹੈ ਸੀ ਨਵਦੀਪ ਕੌਰ, ਡਾਟਰ ਆਫ ਤਜਿੰਦਰ ਸਿੰਘ, ਅਤੇ ਉਹ ਲੱਦੂ ਕੇ ਹਿਠਾੜ ਜ਼ਿਲ੍ਹਾ ਫਾਜ਼ਿਲਕਾ ਨੂੰ ਬਿਲੋਂਗ ਕਰਦੀ ਸੀ ਅਤੇ ਉਹ ਅੰਮ੍ਰਿਤਸਰ ਦੀ ਕਿਸੇ ਕੈਂਡੀਡੇਟ ਦੀ ਜਗ੍ਹਾ 'ਤੇ ਜਿਹੜਾ ਪੇਪਰ ਹੈ ਉਹ ਅਟੈਂਪਟ ਕਰ ਰਹੀ ਸੀ। ਉਹਦੇ ਵਿਰੁੱਧ ਜਿਹੜੀ FIR ਉਹ ਲਾਂਚ ਕਰਵਾ ਦਿੱਤੀ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਆ ਜਿਹੜੀ ਉਹ ਡਿਪਾਰਟਮੈਂਟ ਵੱਲੋਂ ਉਹ ਕੀਤੀ ਜਾ ਰਹੀ ਹੈ। ਕਿਸ ਤਰੀਕੇ ਨਾਲ ਪਤਾ ਕਿਵੇਂ ਲੱਗਿਆ ਇਹਦੇ 'ਤੇ ਸਾਨੂੰ ਡਾਊਟਫੁੱਲ ਹੋਇਆ, ਇਹਦੀ ਫੋਟੋ ਹੈ ਜਿਹੜੀ ਇਹਦੀ ਸਨੈਪ ਲੱਗੀ ਸੀ ਉਹ ਕੈਂਡੀਡੇਟ ਨਾਲ ਮੈਚ ਨਹੀਂ ਸੀ ਕਰਦੇ ਇਹਦੇ ਨੈਣ ਨਕਸ਼, ਤਾਂ ਸਾਨੂੰ ਇਹ ਡਾਊਟਫੁੱਲ ਲੱਗੀ ਅਤੇ ਪੁੱਛਗਿੱਛ ਦੌਰਾਨ ਉਹਨੇ ਮੰਨਿਆ ਕਿ ਉਹ ਕਿਸੇ ਹੋਰ ਦੀ ਜਗ੍ਹਾ ਪੇਪਰ ਦੇ ਰਹੀ ਹੈ। ਫਰੀਦਕੋਟ ਤੋਂ ਬਿਊਰੋ ਰਿਪੋਰਟਸ, ਦਾ ਸਟੇਟ ਨਿਊਜ਼।